ਕਿਸਾਨਾਂ ਦੀਆਂ ਨਸਲਾਂ ਸੀ ਮਕਾ ਦੇਾਂਗੇ ਮੋਦੀ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ ਅੱਛਾ ਸਰਹੱਦ ਤੇ ਹਾਲਾਤ ਕਾਫੀ ਕਸ਼ੀਦਾ ਨੇ ਇਸ ਸਰਹੱਦ ਤੇ ਕੋਈ ਫਿਕਰ ਵਾਲੀ ਗੱਲ ਨਹੀਂ ਮਜ਼ਾ ਨਾ ਗੋਲਾ ਬਾਰੀ ਓਏ ਕੋਈ ਫਿਕਰ ਵਾਲੀ ਗੱਲ ਨਹੀਂ ਜਿਹੜੇ ਸ਼ਹੀਦ ਹੋ ਰਹੇ ਨੇ ਉਹ ਜੰਨਤ ਤੇ ਜਾ ਰਹੇ ਸਾਡੇ ਬੱਚੇ ਤਿਆਰ ਨੇ ਮੇਰੇ ਦੋ ਬੱਚੇ ਨੇ ਉਹ ਜਨਰਲ ਬਾਜਵਾ ਤੈਨੂੰ ਅੱਲਾ ਤੇ ਰਸੂਲ ਦਾ ਵਾਸਤਾ ਹੀ ਮੇਰੇ ਦੋਏ ਬੱਚੇ 19 ਸਾਲ ਦੇ ਨਹੀਂ ਲੈ ਜਾ ਇਹਨਾਂ ਨੂੰ ਬਾਰਡਰ ਤੇ ਭੇਜ ਤੈਨੂੰ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਵਾਸਤਾ ਹੀ ਸਵੇਰੇ ਹੀ ਬੰਦਾ ਆ ਜਾਵੇ ਤੇ ਮੈਂ ਤਿਆਰ ਹਾਂ ਇਨਸ਼ਾਅੱਲਾ ਤਾਲਾ ਆਪਣੀ ਪਾਕ ਫੌਜ ਦੀ ਕਿਆਦਤ ਵਿੱਚ ਇਨਸ਼ਾਅੱਲਾ ਤਾਲਾ ਬਾਜਵਾ ਤੈਨੂੰ ਅੱਲਾ ਰਸੂਲ ਦਾ ਵਾਸਤਾ ਹੀ ਸਵੇਰੇ ਆਪਣਾ ਫੌਜੀ ਭੇਜ ਮੇਰੇ ਦੋ ਬੱਚੇ ਲੈ ਜਾ 19 ਸਾਲ ਦੇ ਨਹੀਂ ਵਾਲੇਕੁਮ ਸਲਾਮ ਜੀ ਮੋਦੀ ਨੇ ਇਹ ਬਿਆਨ ਦਿੱਤਾ ਕਿ ਚਾਹ ਚੁੱਲ੍ਹੇ ਪਰ ਰੱਖ ਲਿਆ ਪਾਕਿਸਤਾਨ ਜੰਗ ਕੇ ਲਈ ਤਿਆਰ ਹੋ ਜਾਏ ਇਸ ਹਵਾਲੇ ਸੇ ਕਿਆ ਕਹਤੇ ਹਾਂ ਆਊਜ਼ੁ ਬਿੱਲਾਹਿ ਮਿਨ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਕੁਝ ਉਂਝ ਵੀ ਰਾਵਾਂ ਔਖੀਆਂ ਸਨ ਕੁਝ ਗੱਲ ਵਿੱਚ ਗਮ ਦਾ ਤੋਕ ਵੀ ਸੀ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਮੋਦੀ ਕੁਝ ਸਾਨੂੰ ਪਾਕਿਸਤਾਨ ਪਿੱਛੇ ਮਰਨ ਦਾ ਸ਼ੌਕ ਵੀ ਸੀ ਮੋਦੀ ਦੀ ਭੁੱਲ ਹੈ ਮੋਦੀ ਖੁਆਬ ਦੇਖ ਰਿਹਾ ਖੁਆਬ ਦੇਖਣੇ ਤੇ ਕੋਈ ਪਾਬੰਦੀ ਨਹੀਂ ਹੈ ਯਾਦ ਰੱਖੋ ਅਸੀਂ ਲਾ ਇਲਾਹਾ ਇਲਲਾਹ ਮੁਹੰਮਦ ਰਸੂਲਲਾ ਦਾ ਕਲਮਾ ਪੜ੍ਹਨੇ ਵਾਲੇ ਹਾਂ ਔਰ ਆਪਣੀ ਜਾਨ ਦੇ ਦਿੰਦੇ ਹਾਂ ਆਪਣਾ ਤਨ ਮਨ ਕੁਰਬਾਨ ਕਰ ਦਿੰਦੇ ਹਾਂ ਆਪਣੇ ਬੱਚੇ ਦੇ ਦਿੰਦੇ ਹਾਂ ਲੇਕਿਨ ਆਪਣੇ ਮੁਲਕ ਦੀ ਇਸਲਾਮ ਦੀ ਦੀਨ ਦੀ ਹਿਫਾਜ਼ਤ ਵਾਸਤੇ ਆਪਣੀ ਗਰਦਨ ਕਟਾ ਦਿੰਦੇ ਹਾਂ ਔਰ ਮੋਦੀ ਅਸੀਂ ਉਹ ਨਹੀਂ ਜਿਸ ਨੇ ਹਮੇਸ਼ਾ ਵਾਸਤੇ ਜਿਨ੍ਹਾਂ ਨੂੰ ਤੂੰ ਪਤਨ ਪਤਾ ਹੋਣਾ ਚਾਹੀਦਾ ਕਿ ਨਿਸ਼ਾਨੇ ਆਦਰ ਕਿਹਨਾਂ ਨੂੰ ਮਿਲਿਆ ਪਾਕਿਸਤਾਨ ਵਿੱਚ ਤੇਰੀ ਆਰਮੀ ਨੇ ਦੱਸਿਆ ਸੀ ਸਾਨੂੰ ਕਿ ਇਹ ਪਾਕਿਸਤਾਨ ਦੇ ਸ਼ੇਰ ਨੇ ਇਹ ਪਾਕਿਸਤਾਨ ਦੇ ਦਲੇਰ ਨੇ ਇਹ ਪਾਕਿਸਤਾਨ ਦੇ ਬਹਾਦਰ ਨੇ ਤੂੰ ਲਾਸ਼ਾਂ ਛੋੜ ਕੇ ਨਸ ਗਿਆ ਸੀ ਓਏ ਮੋਦੀ ਉਸ ਟਾਈਮ ਵੀ ਮਲਕਾ ਤਰਨਮ ਨੇ ਕਿਹਾ ਸੀ ਕਿ ਜੰਗ ਖੇਡ ਨਹੀਂ ਜਨਾਨੀਆਂ ਦੀ ਓਏ ਇਨਸ਼ਾਅੱਲਾ ਤਾਲਾ ਮੈਂ ਤੇਰੇ ਨਾਲ ਵਾਅਦਾ ਕਰਨਾ ਕਿ ਇਨਸ਼ਾਅੱਲਾ ਪਾਕਿਸਤਾਨ ਜੰਗ ਜਿੱਤੇਗਾ ਆਰਮੀ ਜੰਗ ਜਿੱਤੇਗੀ ISI ਜੰਗ ਜਿੱਤੇਗੀ ਫੌਜ ਜੰਗ ਜਿੱਤੇਗੀ ਬਰੀ ਫੌਜ ਜੰਗ ਜਿੱਤੇਗੀ ਬੈਰੀ ਫੌਜ ਜੰਗ ਜਿੱਤੇਗੀ ਤੈਨੂੰ ਅੱਗੇ ਸਬਕ ਸਿਖਾਇਆ ਹੁਣ ਤੈਨੂੰ ਫਿਰ ਸਬਕ ਸਿਖਾਉਣਾ ਪਿਆ ਸੀ ਨਹੀਂ ਮਲਿਕ ਸਾਹਿਬ ਉਹ ਕਹਿੰਦੇ ਨੇ ਕਿ ਅਸੀਂ ਪਾਕਿਸਤਾਨ ਨੂੰ ਤਬਾਹ ਬਰਬਾਦ ਕਰ ਦਾਂਗੇ ਪਾਕਿਸਤਾਨ ਨੂੰ ਹਸਤੀ ਤੋਂ ਮਿਟਾ ਦਾਂਗੇ ਉਹਨਾਂ ਦੀਆਂ ਨਸਲਾਂ ਸੀ ਮੁਕਾ ਦਿਆਂਗੇ ਹਿੰਦੂ ਤਦਾਦ ਜਿਤਨੇ ਦੇ ਨੇ ਔਰ ਇਹ ਗਜ਼ਵਾ ਹਿੰਦ ਆ ਰਿਹਾ ਇਹ ਮਾਮੂਲੀ ਜੰਗ ਨਹੀਂ ਇਸ ਵਿੱਚ ਪਾਕਿਸਤਾਨ ਦਾ ਬੱਚਾ ਬੱਚਾ ਨਿਕਲੇਗਾ ਔਰ ਜਦੋਂ ਪਾਕਿਸਤਾਨ ਦਾ ਬੱਚਾ ਬੱਚਾ ਨਿਕਲੇਗਾ ਔਰ ਕਿਆਮਤ ਦੇ ਦਿਨ ਰਸੂਲ ਅੱਲਾ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਹੋਵਾਂਗੇ ਅਸੀਂ ਇਨਸ਼ਾਅੱਲਾ ਤਾਲਾ ਅੱਲਾ ਪਾਕ ਨੇ ਪਾਕਿਸਤਾਨ ਐਵੇਂ ਨਹੀਂ ਬਣਿਆ ਇਸ ਦਾ ਜ਼ਰੂਰ ਕੋਈ ਨਾ ਕੋਈ ਮਕਸਦ ਹੈ ਮੇਰੇ ਅੱਲਾ ਨੇ ਪਾਕਿਸਤਾਨ ਇਸ ਲਈ ਬਣਾਇਆ ਦੇਖੋ ਉਸ ਜ਼ਮਾਨੇ ਦੇ ਵਿੱਚ ਲੋਕ ਕਹਿੰਦੇ ਸਨ ਸਾਡੇ ਹਿੰਦੂਆਂ ਨਾਲ ਬੜੇ ਤਲਕ ਸਾਡੇ ਹਿੰਦੂਆਂ ਨਾਲ ਬੜੀ ਦੋਸਤੀ ਹੈ ਕੁਛ ਮੁਸਲਮਾਨਾਂ ਦੀ ਗਲਤ ਫਹਿਮੀ ਸੀ ਉਹ ਮੁਸਲਮਾਨ ਉੱਥੇ ਰਹਿ ਗਏ ਬਾਕੀ ਮੁਸਲਮਾਨ ਅਕਸਰੀਅਤ ਜਿੱਧਰ ਆ ਗਏ ਦੁਨੀਆਂ ਦੀ ਸਭ ਤੋਂ ਪਹਿਲੀ ਹਿਜਰਤ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਉਸ ਤੋਂ ਬਾਅਦ ਦੁਨੀਆਂ ਦੀ ਸਭ ਤੋਂ ਵੱਡੀ ਹਿਜਰਤ ਪਾਕਿਸਤਾਨ ਬਣਾਉਣੇ 'ਚ ਹੋਈ ਔਰ ਜਦੋਂ ਪਾਕਿਸਤਾਨ ਬਣਿਆ ਔਰ ਇਹ ਲੋਕ ਪਾਕਿਸਤਾਨ ਹੀ ਚਾਹੇ ਔਰ ਜਿਹੜੇ ਉੱਥੇ ਰਹਿ ਗਏ ਅੱਜ ਉਹਨਾਂ ਨੂੰ ਕਦਰ ਆਈ ਹੈ ਪਾਕਿਸਤਾਨ ਅਸੀਂ ਆਜ਼ਾਦ ਮੁਲਕ 'ਚ ਰਹਿਣ ਵਾਲੇ ਲੋਕ ਉਹ ਵਿਚਾਰੇ ਉੱਥੇ ਰਹਿ ਕੇ ਵੀ ਕਹਿ ਦੀ ਛਣ ਇਸ ਲਈ ਮੋਦੀ ਨਾ ਕਰ ਤੈਨੂੰ ਕਹਿਣਾ ਬਾਜ਼ ਆ ਜਾ ਸਾਡਾ ਇੱਕ ਇੱਕ ਫੌਜੀ ਤੇਰੀ ਪੂਰੀ ਜੋ ਕਿ ਹੁੰਦਾ ਉਹ ਡਿਵੀਜ਼ਨ ਉਸ 'ਤੇ ਸਾਡਾ ਇੱਕ ਫੌਜੀ ਪਾਰਾ ਹੈ ਤੇਰੇ ਫੌਜੀਆਂ ਦੀਆਂ ਇਹ ਲੱਤਾਂ ਹੁੰਦੀਆਂ ਇਹ ਕੰਮ ਰਿਹਾ ਹੁੰਦਾ ਤੂੰ ਬੁਜ਼ਦਿਲ ਹੈ ਤੂੰ ਹਿੰਦੂ ਹੈ ਇਨਸ਼ਾਅੱਲਾ ਤਾਲਾ ਮੁਸਲਮਾਨ ਛਾਣਗੇ ਅਤੇ ਪੂਰੀ ਦੁਨੀਆ 'ਤੇ ਛਾ ਉਹ ਸਾਡਾ ਦੇਖਿਆ ਸੀ ਕਰਨਲ ਜਾਨ ਸ਼ੇਰ ਖਾਨ ਔਰ ਤੂੰ ਦੇਖਿਆ ਮੇਜਰ ਅਜ਼ੀਜ਼ ਭੱਟੀ ਸ਼ਹੀਦ ਜਿਹਨਾਂ ਨੇ ਮੈਂ ਲਹਿਰ ਜਾ ਕੇ ਅਤੇ ਚਾਹ ਪੀਵਾਂਗਾ ਤੇਰਾ ਉਸਨੇ ਅਸ਼ਰ ਨਸ਼ਰ ਕਰ ਦਿੱਤਾ ਸੀ ਤੂੰ ਦੇਖਿਆ ਸੀ ਔਰ ਰਹੀਲ ਸ਼ਰੀਫ ਦੇ ਭਰਾ ਸ਼ਬੀਰ ਸ਼ਹੀਦ ਸ਼ਰੀਫ ਨੂੰ ਤੂੰ ਦੇਖਿਆ ਸੀ ਕੈਪਟਨ ਆਪਣਾ ਆਜ਼ਾਦ ਕਸ਼ਮੀਰ ਦਾ ਇੱਕ ਸ਼ਖਸ ਗੁਜ਼ਰਿਆ ਸੈਫ ਅਲੀ ਖਾਨ ਜਿਸ ਨੇ ਬੰਦੂਕੜੀ ਨਾਲ ਤੇਰਾ ਜਹਾਜ਼ ਢਾਇਆ ਔਰ ਤੇਰੇ ਜਾਨਾਂ ਨੇ ਅਸ਼ਰ ਨਸ਼ਰ ਕਰਕੇ ਭੇਜਿਆ ਖਬਰਦਾਰ ਪਾਕਿਸਤਾਨ ਦੀ ਤਰ੍ਹਾਂ ਮੈਲੀ ਅੱਗ ਤੱਕ ਹੈ ਅਸੀਂ ਆਪਣਾ ਸਭ ਕੁਝ ਕੁਰਬਾਨ ਕਰ ਦਿਆਂਗੇ ਲੇਕਿਨ ਪਾਕਿਸਤਾਨ ਦੀ ਮਿੱਟੀ ਦੇ ਉੱਤੇ ਤੈਨੂੰ ਕਦਮ ਨਹੀਂ ਰੱਖਣ ਦਿਆਂਗੇ ਔਰ ਇਨਸ਼ਾਅੱਲਾ ਤਾਲਾ ਦਿੱਲੀ ਤੇ ਝੰਡਾ ਸਾਡੀ ਪਾਕ ਫੌਜ ਔਰ ਸਾਡੀ ISI ਔਰ ਸਾਡੇ ਮਾਰਖੋਰ ਕਹਿੰਦੇ ਨੇ ਉਹਨਾਂ ਨੂੰ ਮੈਂ ਪੂਰਾ ਨਾਮ ਪੁੱਤਰਾ ਤਾਂ ਨਹੀਂ ਲੈਣਾ ਕਿ ਤੁਹਾਡੀਆਂ ਅੱਖਾਂ ਨਾ ਖੁੱਲ੍ਹ ਜਾਵਣ ਔਰ 2030 'ਚ ਪੂਰੀ ਦੁਨੀਆ 'ਤੇ ਹਕੂਮਤ ਕਰਨਗੇ ਅਸੀਂ ਅਮਰੀਕਾ ਨੂੰ ਅਫਗਾਨਿਸਤਾਨ 'ਚੋਂ ਅਗਰ ਨਸਾ ਸਕਦੇ ਹਾਂ ਤਾਂ ਤੂੰ ਕਿਹੜੇ ਬਾਗ ਦੀ ਮੂਲੀ ਹੈ ਅਸੀਂ ਰੂਸ ਦੇ ਟੁਕੜੇ ਕਰਾ ਸਕਦੇ ਹਾਂ ਸ਼ਹੀਦ ਜਨਰਲ ਮੁਹੰਮਦ
ज़ियाउल्लाह की क़यादत विच ते तू कहड़े बाग दी मुल बाजवा ते चप्पा चप्पा कश्मीर का जानदा है साडा एक एक फौजी जरा तेरे कश्मीर नू इंशाअल्लाह तआला इंडिया नू हिट लिस्ट च लियावांगे और असीं इत्थे बैठ के आ मुसलमानो गैरत करो दुनिया के तमाम मुसलमानो गैरत करो इन्हां दी फिल्मां बंद करो इन्हां दा लेन देन बंद करो इन्हां दी तदाद इन्हां कोल जिहड़ी तजारत लांदे बंद कर दिओ भुखे रह जाओ का खा लो पानी पी लो लेकिन इन्हां नाल तजारत ना करो और इन्हां दा दिवालिया निकल जाएगा और चीन ने इन्हां नू बन के मारिया हूँ पता क्या करेंगे सुन लो मेरी गल मैं बाबा जरूर हाँ पर तुसी मेरी याद रखना गल इन्होंने हूँ एक फिल्म बनानी है इन्हों चीनिया ने पिछे हाथ बन्ने उल्टा किया तो इन्हों की उस जगह पर हूँ क्योंकि मेरिया मावं ने भी देखना है मेरिया भैन ने भी देखना है मेरी बेटिया ने भी देखना है इन्हों की उस जगह पर छतरोल की है आए हाए ये रो पे हूँ इन्हें एक फिल्म बनानी है उस फिल्म में ये और कुछ नहीं कर सकते ये फिल्म बढ़ा के दसेंगे असी चीन फतह कर लेते हालांकि कुटने लेकिन फिल्म में दसेंगे फिल्म में यह जीतेंगे कि जी असी चीन फतह और मुसलमानों दर मुसलमानों बॉयकाट करो इन्हें फिल्म इन्हों बंद गाने इन्हों बंद ड्रामे इन्हों बंद मेषक जरा इन्हों का समान आता है इंडिया चू पाकिस्तान भेज दें बंद कर दो और जो दुनिया के जिथे जिथे मुसलमान है सऊदी अरब दुबई ईरान तुर्की कनेडा जेड़ा मुसलमान की रियासत है जेड़ा मुसलमानों नाल प्यार करता है अगर उसी कोई गैर मुस्लिम भी है मुसलमानों नाल मुहब्बत करता है मुसलमानों नाल प्यार करता है तो बाइकाट करो इन्हें इन्हों इंशाल्लाह टमाटर गलेंगे इन्हों का प्याज सड़ेगा इन्हों आलू उत्थे ही सड़नगे इन्हों की बेशक बर्बाद होगी तो इन्होंने अपनी पै जाएगी मुसलमानों एक हो जाओ इतफाक कर लो प्यार कर लो मुहब्बत कर लो इस्लाम वास्ते दीन वास्ते नबी की शरीयत वास्ते इस मिट्टी को जिसनों असी कुर्बानियां दे के हासिल किया इसकी हिफाजत करने तैयार हो जाओ मोदी असं तुम सबक सिखावे सरहद के हालात काफी कशीदा ने सरहद कोई फिक्र वाली गल नहीं कोई फिक्र वाली गल नहीं जेडे शहीद हो रहे हैं जन्नत ही जा रहे हैं साढ़े बच्चे तैयार ने मेरे दो बच्चे ने जनरल बाजवा तेन अल्लाह के रसूल का वास्ता ही मेरे दो बच्चे 19-19 साल के नहीं लै जा इन्हों बॉर्डर से भेज तेन नबी सल्लल्लाहु अलैहि वसल्लम का वास्ता ही सवेरे ही बंदा आ जाए तो मैं तैयार हाँ मैं तैयार हाँ इंशाअल्लाह ताला अपनी पाक फौज की क्यादत इंशाअल्लाह ताला बाजवा तेन अल्लाह रसूल का वास्ता ही सवेरे अपना फौजी भेज मेरे दो बच्चे लै जा 19-19 साल के नहीं।